ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੋਹਾਲੀ ਤੋਂ ਵਿਧਾਇਕ ਬਲਵੀਰ ਸਿੰਘ ਸਿੱਧੂ ਅਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ। ਇਸ ਦੌਰਾਨ ਉਹਨਾਂ ਕਿਹਾ ਕਿ ਪਿਛਲੇ ਅਕਾਲੀ ਸਰਕਾਰ ਦੇ ਦੌਰਾਨ ਵੱਡੀ ਸੰਖਿਆ 'ਚ ਬਣਾਏ ਗਏ ਨੀਲੇ ਕਾਰਡ, ਪੈਨਸ਼ਨ ਸ਼ਗਨ ਸਕੀਮ ਅਤੇ ਜ਼ਰੂਰਤਮੰਦਾਂ ਦੇ ਲਈ ਬਣਾਏ ਗਏ ਪੱਕੇ ਮਕਾਨਾਂ ਦੀ ਜਾਂਚ ਕੀਤੀ ਜਾਵੇਗੀ। ਆਪਣਾ ਨੀਲੇ ਕਾਰਡਾਂ ਦਾ ਜਿਹੜੀ ਰਾਸ਼ਨ ਕਾਰਡ ਆਟਾ ਦਾਲ ਵਾਲੇ ਗਰੀਬਾਂ ਦਿੰਦੇ ਆ, ਔਰ ਕੱਚੇ ਮਕਾਨਾਂ ਦਾ, ਜੋ ਵੀ ਗਰੀਬ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹਨਾਂ ਤੱਕ ਪਹੁੰਚੀਆਂ ਨਹੀਂ ਪਹੁੰਚੀਆਂ, ਕਿਉਂ ਨਹੀਂ ਪਹੁੰਚੀਆਂ, ਉਹ ਰਿਵਿਊ ਜਿਨ੍ਹਾਂ ਗਰੀਬ ਲੋਕਾਂ ਨੂੰ ਦਿੱਤੇ ਨਹੀਂ ਗਏ ਉਹਨਾਂ ਨੂੰ ਕਵਰ ਕਰਕੇ ਉਹਨਾਂ ਨੂੰ ਜੋ ਸਰਕਾਰ ਦੀ ਮਦਦ ਆ ਉਹਨਾਂ ਨੂੰ ਦਿੱਤੀ ਜਾਵੇ। ਦੇਖੋ 1997 'ਚ ਬਾਦਲ ਸਾਹਿਬ ਦੀ ਸਰਕਾਰ ਸੀ, 5100 ਸਕੀਮ ਸੀਗੀ, 5100 ਸ਼ਗਨ ਸਕੀਮ, ਔਰ ਉਸ ਤੋਂ ਬਾਅਦ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਆਈ, ਉਹਨਾਂ ਨੇ ਆਉਂਦਿਆਂ ਸਰ 15000 ਰੁਪਈਆ ਸ਼ਗਨ ਸਕੀਮ ਦਿੱਤੀ, ਔਰ ਬਦਕਿਸਮਤੀ ਦੇ ਨਾਲ ਮੁੜ ਕੇ ਫੇਰ 2007 'ਚ 2012 'ਚ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਆਈ, ਇਹਨਾਂ ਨੂੰ ਪੰਜਾਬ 'ਚ ਗਰੀਬ ਦਿਸੇ ਹੀ ਨਹੀਂ। 15000 ਰੁਪਈਏ ਤੋਂ ਵੱਧ 10 ਸਾਲ 'ਚ ਇੱਕ ਪੈਸਾ ਨਹੀਂ ਵਧਾਇਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜੋ ਲੋਕਾਂ ਨੂੰ ਕਿਹਾ ਸੀ ਉਹਦੇ ਅਨੁਸਾਰ ਆਉਂਦੇ ਸਾਰ ਭਾਵੇਂ 2,00,000 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਗਏ ਨੇ ਸਰਕਾਰ ਦੇ ਖਜ਼ਾਨੇ 'ਚ, ਫਿਰ ਵੀ ਕਿਵੇਂ ਕੀਤਾ, ਹਰ ਉਸ ਵਾਅਦੇ ਨੂੰ ਪੂਰਾ ਅਸੀਂ ਕਰਨ ਜਾ ਰਹੇ ਹਾਂ। 15000 ਤੋਂ ਆਉਂਦੇ ਸਾਰ 6000 ਵਧਾ ਕੇ 21000 ਅਸੀਂ ਕਰ ਦਿੱਤਾ, ਜੋ ਲਾਗੂ ਹੋ ਚੁੱਕਿਆ, ਲੋਕਾਂ ਨੂੰ ਮਿਲ ਰਿਹਾ। ਪੈਨਸ਼ਨ ਦਾ ਵੀ 250 ਸੀ, ਇਹਨਾਂ ਨੇ 2007 ਤੋਂ ਬਾਅਦ 10 ਸਾਲ ਤੱਕ ਇੱਕ ਪੈਸਾ ਨਹੀਂ ਵਧਾਇਆ, ਉਹ ਅਸੀਂ ਆਉਂਦੇ ਸਾਰ 700 ਰੁਪਇਆ ਕਰ ਦਿੱਤਾ, 750 ਮੈਂ ਉਹੀ ਕਹਿੰਦਾ, ਜਿਉਂ 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 ਸਰਕਾਰ ਦੇ ਹਾਲਾਤ ਠੀਕ ਹੁੰਦੇ ਨੇ ਉਵੇਂ ਉਵੇਂ ਹੋ ਗਿਆ। ਅਸੀਂ 5 ਸਾਲ 'ਚ ਜਿਹੜੇ ਵਾਅਦੇ ਪੂਰੇ ਕਰਨ ਦਾ ਮੈਨੀਫੈਸਟੋ ਹੁੰਦਾ, ਪਰ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਇਮਾਨਦਾਰੀ ਆਉਂਦੇ ਸਾਰ ਹੀ ਪਹਿਲੇ ਸਾਲ ਹੀ 6 ਮਹੀਨਿਆਂ 'ਚ ਲਾਗੂ ਕਰ ਦਿੱਤਾ, ਔਰ ਮੈਨੂੰ ਲੱਗਦਾ ਕਿ ਥੋੜ੍ਹੇ ਸਮੇਂ 'ਚ ਥੋੜ੍ਹਾ ਜਿਹਾ ਖਜ਼ਾਨਾ ਹੋ ਜਾਵੇ ਠੀਕ, ਇਹ 51000 ਰੁਪਈਏ ਤੱਕ ਅਸੀਂ ਲੈ ਜਾਣੀ ਹੈ ਸ਼ਗਨ ਸਕੀਮ ਜੋ ਕਿਹਾ, ਔਰ 2000 ਰੁਪਈਏ ਤੱਕ ਅਸੀਂ ਪੈਨਸ਼ਨ ਲੈ ਕੇ ਜਾਵਾਂਗੇ ਤਾਂ ਅਗਲੀ ਇਲੈਕਸ਼ਨ ਲੜਾਂਗੇ।